हाय फ्रेंड्स वेलकम कर दिए ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਬਿਕੋਜ਼ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪੰਜਾਬ ਵੇਰਕਾ ਦੀ ਜਿਹੜੀਆਂ ਵੈਕੈਂਸੀਜ਼ ਹੈ ਰੀਸੈਂਟਲੀ ਆਊਟ ਕੀਤੀਆਂ ਗਈਆਂ ਹੈ ਬਿਲਕੁਲ ਫਰੈਸ਼ ਅਪਡੇਟ ਆਇਆ ਹੋਇਆ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਕਿਹੜੀ ਕਿਹੜੀ ਵੈਕੈਂਸੀਜ਼ ਹੈ ਜਿਨ੍ਹਾਂ ਦਾ ਨੋਟੀਫਿਕੇਸ਼ਨ ਆਇਆ ਹੋਇਆ ਹੈ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਔਰ ਤੁਹਾਡੀ ਸਿਲੈਕਸ਼ਨ ਜਿਹੜੀ ਆ ਇਹਦੇ ਵਿੱਚ ਕਿਸ ਤਰੀਕੇ ਨਾਲ ਹੋਣ ਆਲੀ ਆ ਸਟਾਰਟਿੰਗ ਦੇ ਵਿੱਚ ਹੀ ਮੈਂ ਤੁਹਾਨੂੰ ਦੱਸਾਂਗੀ ਸਿਲੈਕਸ਼ਨ ਕਿੱਦਾਂ ਹੋਣ ਆਲੀ ਆ ਤਾਂ ਕਿ ਤੁਹਾਨੂੰ ਇਹ ਕਿ ਮੋਟੀਵੇਸ਼ਨ ਮਿਲ ਸਕੇ ਕਿ ਤੁਸੀਂ ਇਹਦੇ ਵਾਸਤੇ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਤਿਆਰ ਰਹਿਣਾ ਹੈ ਕੀ ਕੀ ਇਹਦੇ ਵਿੱਚ ਐਲੀਜੀਬਿਲਟੀ ਜਿਹੜੀ ਰਹਿਣ ਆਲੀ ਆ ਸੋ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਲਗਭਗ 4 ਤੋਂ 5 ਨਵੇਂ ਨੋਟੀਫਿਕੇਸ਼ਨ ਆਲਰੇਡੀ ਆ ਚੁੱਕੇ ਆਈ ਹੋਪ ਤੁਸੀਂ ਉਸ ਵੈਕੈਂਸੀਸ ਨੂੰ ਚੈੱਕ ਕਰ ਲਿਆ ਹੋਊਗਾ ਤੇ ਅਪਲਾਈ ਵੀ ਜਰੂਰ ਕਰ ਦਿੱਤਾ ਹੋਊਗਾ ਔਰ ਇਸ ਤੋਂ ਇਲਾਵਾ ਜਿਹੜੀਆਂ ਵੈਕੈਂਸੀਸ ਪੰਜਾਬ ਦੇ ਵਿੱਚ ਆਈਆਂ ਹੋਈਆਂ ਆ ਸਾਡੀ ਅਫੀਸ਼ੀਅਲ ਵੈਬਸਾਈਟ www.clory.com ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾ ਕੇ ਮਿਲ ਜਾਊਗਾ ਉੱਥੇ ਤੁਸੀਂ ਜਾਓਗੇ ਜਿੰਨੀਆਂ ਵੀ ਲੇਟੈਸਟ ਵੈਕੈਂਸੀਜ਼ ਆਈਆਂ ਹੋਈਆਂ ਤੁਹਾਨੂੰ ਪਹਿਲੇ ਹੀ ਦੂਜੇ ਤੀਜੇ ਚੌਥੇ ਪੇਜ 'ਤੇ ਮਿਲ ਜਾਣਗੀਆਂ ਇਸ ਤੋਂ ਇਲਾਵਾ ਵੀ ਉੱਪਰ ਮੇਨ ਮੈਨੂ ਤੁਹਾਨੂੰ ਇੱਕ ਮਿਲੇਗਾ ਉਹਦੇ ਵਿੱਚ ਪੰਜਾਬ ਗਵਰਨਮੈਂਟ ਜੋਬਸ ਦਾ ਅਲੱਗ ਤੋਂ ਇੱਕ ਕਾਲਮ ਬਣਾ ਦਿੱਤਾ ਹੋਇਆ ਹੈ ਉੱਥੇ ਕਲਿੱਕ ਕਰੋਗੇ ਉਸ ਪੇਜ ਦੇ ਉੱਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਰੀਸੈਂਟਲੀ ਵੈਕੈਂਸੀਸ ਆਈਆਂ ਹੋਈਆਂ ਆ ਉੱਥੇ ਤੁਸੀਂ ਕਲਿੱਕ ਕਰਕੇ ਉਸ ਵੈਕੈਂਸੀਸ ਨੂੰ ਚੈੱਕ ਕਰ ਸਕਦੇ ਆ ਅਤੇ ਅਪਲਾਈ ਵੀ ਕਰ ਸਕਦੇ ਆ ਬਾਕੀ ਕਿਸੇ ਵੀ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਦੇ ਉਹਦੇ ਵਾਸਤੇ ਬੈਸਟ ਸਟੱਡੀ ਮਟੀਰੀਅਲ ਪੀਡੀਐਫ ਫਾਰਮੈਟ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਚਾਕੇ ਮਿਲ ਜਾਊਗਾ ਤੁਸੀਂ ਡਾਊਨਲੋਡ ਕਰ ਸਕਦੇ ਆ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਆ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਫੇਰਕਾ ਦੇ ਵਿੱਚ ਆਈਆਂ ਹੋਈਆਂ ਵੈਕੈਂਸੀਸ ਦੇ ਬਾਰੇ ਕਿੱਦਾਂ ਅਪਲਾਈ ਕਰਨਾ ਕੀ ਕੀ ਇਲੀਜੀਬਿਲਟੀ ਰਹਿਣ ਵਾਲੀਆਂ ਸਿਲੈਕਸ਼ਨ ਤੁਹਾਡੀ ਇਹਦੇ ਵਿੱਚ ਕਿਵੇਂ ਹੋਣ ਵਾਲੀ ਆ ਤੁਸੀਂ ਦੇਖ ਸਕਦੇ ਆ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਆ ਚੁੱਕੇ ਆ ਪਹਿਲਾਂ ਮੈਂ ਤੁਹਾਨੂੰ ਕੁਝ ਇੰਪੋਰਟੈਂਟ ਗੱਲਾਂ ਦੱਸ ਦਨੀ ਤਾਂ ਕਿ ਤੁਹਾਨੂੰ ਉਹਦੇ ਬਾਰੇ ਪਹਿਲਾਂ ਤੋਂ ਹੀ ਪਤਾ ਹੋਵੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਜਿਹੜੇ ਐ ਇਲੀਜੀਬਲ ਹੋਣ ਵਾਲੇ ਇੱਕ ਤਾਂ ਦੇਖੋ ਇਹਨਾਂ ਨੇ ਇਹਦੇ ਵਿੱਚ ਮੈਂਸ਼ਨ ਕੀਤਾ ਆ ਕਿ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੂੰ ਰਾਈਟ ਹੈ ਵੈਕੈਂਸੀਜ਼ ਨੂੰ ਇਨਕਰੀਜ਼ ਜਾਂ ਫਿਰ ਡਿਕਰੀਜ਼ ਕਰਨ ਦਾ ਜਾਂ ਕੋਈ ਜਿਹੜੀ ਐਡਵਰਟਾਈਜ਼ਮੈਂਟ ਹੈ ਜਾਂ ਉਹਦੀ ਕੋਈ ਟਰਮਸ ਐਂਡ ਕੰਡੀਸ਼ਨਸ ਹੈ ਉਸ ਦੇ ਵਿੱਚ ਕੁਝ ਵੀ ਚੇਂਜੇਸ ਕਰਨ ਦਾ ਬਹੁਤ ਵਧੀਆ ਅਪਡੇਟ ਹੈ ਔਰ ਇਹਦੇ ਵਿੱਚ ਇਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਤੁਹਾਡੇ ਰੈਜ਼ ਤੁਸੀਂ ਇਹ ਕਰਨਾ ਕੀ ਹੈ ਕਿ ਤੁਸੀਂ ਆਪਣੇ ਰੈਜ਼ਿਊਮ ਦੇ ਨਾਲ ਜਿਹੜੇ ਆ ਆਪਣੇ ਰਿਕੁਆਇਰਡ ਡਾਕੂਮੈਂਟ ਅਟੈਚ ਕਰਨੇ ਆਪਣੇ ਕੁਆਲੀਫਿਕੇਸ਼ਨ ਦਾ ਲੇਟੈਸਟ ਪਾਸਪੋਰਟ ਸਾਈਜ਼ ਫੋਟੋਗ੍ਰਾਫ ਉਸ ਤੋਂ ਇਲਾਵਾ ਉਹਦੀ ਆਈਡੈਂਟੀਟੀ ਦੀ ਜਿਹੜੀ ਤੁਸੀਂ ਕਾਪੀ ਆਪਣੀ ਨਾਲ ਅਟੈਚ ਕਰਨੀ ਹੈ ਜਿਹੜਾ ਤੁਹਾਡਾ ਆਧਾਰ ਕਾਰਡ ਹੋ ਗਿਆ ਜਾਂ ਤੁਹਾਡਾ ਅਗਰ ਵੋਟਰ ਕਾਰਡ ਹੈ ਉਹ ਅਟੈਚ ਕਰਨੇ ਆ ਇਸ ਤੋਂ ਇਲਾਵਾ ਜਿਹੜੇ ਆ 700 ਦਾ ਜਨਰਲ categories ਵਾਸਤੇ ਡੀਡੀ ਤੁਸੀਂ ਬਣਾਣਾ ਹੈ 500 ਰੁਪਏ ਦਾ ਜਿਹੜੇ ਰਿਜ਼ਰਵਡ ਕੈਂਡੀਡੇਟ ਹੈ ਐਡਬਲਿਊਐਸ ਹੈ ਪੀਡਬਲਿਊਟੀ ਹੈ ਉਹਨਾਂ ਵਾਸਤੇ ਵੀ ਡੀਡੀ ਜਿਹੜਾ ਤੁਸੀਂ ਬਣਾਣਾ ਹੈ ਇਹਨਾਂ ਦੇ ਨਾਮ ਦੇ ਉੱਤੇ ਇਹਨਾਂ ਨੇ ਮੈਂਸ਼ਨ ਵੀ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਇਹਨਾਂ ਨੇ ਵਿੱਚ ਮੈਂਸ਼ਨ ਕੀਤਾ ਹੈ ਕਿ ਜਿਹੜੇ ਕੈਂਡੀਡੇਟ ਮੈਨ ਜਿਹੜੇ ਏਵੈਲਿਊਟ ਕੀਤਾ ਜਾਊਗਾ ਜਿਹੜੇ ਰਿਜ਼ੂਮ ਉਹਨਾਂ ਦੇ ਕੋਲ ਪਹੁੰਚਣਗੇ ਉਹਨਾਂ ਨੂੰ ਜਦੋਂ ਏਵੈਲਿਊਟ ਕੀਤਾ ਜਾਊਗਾ ਉਹਦੇ ਤੋਂ ਬਾਅਦ ਜਿਹੜੇ ਕੈਂਡੀਟਾਂ ਨੂੰ ਸ਼ਾਰਟਲਿਸਟ ਕੀਤਾ ਜਾਊਗਾ ਉਹਨਾਂ ਨੂੰ ਬੁਲਾ ਲੈ ਜਾਊਗਾ ਇੰਟਰਵਿਊ ਜਾਂ ਫਿਰ ਪਰਸਨਲ ਜਿਹੜਾ ਟੈਸਟ ਹੈ ਉਹਦੇ ਵਾਸਤੇ ਵੈਸੇ ਇਹਦੇ ਵਿੱਚ ਤੁਹਾਡੀ ਸਿਰਫ ਇੰਟਰਵਿਊ ਹੋਣੀ ਆ ਉਸ ਦੇ ਬੇਸਿਸ ਤੇ ਸਿਲੈਕਸ਼ਨ ਹੋਣ ਵਾਲੀ ਆ ਕਾਫੀ ਸਾਰੇ ਕੈਂਡੀਡੇਟ ਜਿਹੜੇ ਆ ਉਹ ਤੁਹਾਡੇ ਵਿੱਚੋਂ ਇਹਦੇ ਵਾਸਤੇ ਜਿਹੜੇ ਆ ਉਹ ਐਲੀਜੀਬਲ ਹੋਣ ਵਾਲੇ ਆ ਨੈਕਸਟ ਗੱਲ ਆਂਦੀ ਆ ਇਹਦੇ ਵਿੱਚ ਇੰਪੋਰਟੈਂਟ ਡੇਟਸ ਦੀ ਅਪਲਾਈ ਕਰਨਾ ਸ਼ੁਰੂ ਹੋ ਗਿਆ ਆ ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਆ 1 ਸਤ 2021 ਮਤਲਬ 1 ਜੁਲਾਈ 2021 ਤੱਕ ਤੁਸੀਂ ਅਪਲਾਈ ਕਰ ਲੈਣਾ ਔਰ ਇਹਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਹੈ 35000 ਤੋਂ ਲੈ ਕੇ 40000 ਤੁਹਾਡੀ ਪਰ ਮੰਥ ਸੈਲਰੀ ਰਹਿਣ ਵਾਲੀ ਆ ਤੁਹਾਨੂੰ ਮੈਂ ਦਿਖਾ ਵੀ ਦਿੰਨੇ ਆ ਸੈਲਰੀ ਦੇਖੋ 35000 ਤੋਂ 40000 ਤੜੀ ਲੂੰਗੀ ਫਸਟ ਇਅਰ ਦੇ ਵਿੱਚ 35000 ਸੈਕੰਡ ਇਅਰ ਚ 40000 ਮਿਲੂੰਗੀ ਪੋਸਟ ਜਿਹੜੀਆਂ ਇੱਥੇ ਆਊਟ ਕੀਤੀਆਂ ਗਈਆਂ ਆ ਅਸਿਸਟੈਂਟ ਮੈਨੇਜਰ ਦੀਆਂ ਆ ਇਨਵੈਂਟਰੀ ਮੈਨੇਜਮੈਂਟ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਡਿਵਾਈਡ ਕੀਤਾ ਹੋਇਆ ਪੋਸਟਾਂ ਨੂੰ ਜਿਵੇਂ ਕਿ 11 ਪੋਸਟਾਂ ਆ ਜਨਰਲ ਲਈ 4 ਐਸਸੀ ਲਈ 3 ਬੀਸੀ ਲਈ 1 ਈਡਬਲਯੂਐਸਟੀ 1 ਕਾ ਐਸਐਮਡੀ 1 ਕਾ ਪੀਡਬਲਯੂਡੀ ਵਾਸਤੇ ਇੱਕ ਪੋਸਟ ਆ ਜਿਹੜੀ ਕਿ ਇਹਨਾਂ ਨੇ ਇੱਥੇ ਡਿਵਾਈਡ ਕੀਤਾ ਹੋਇਆ ਹੈ ਬਾਕੀ ਦੇਖੋ ਇਹਨਾਂ ਨੇ ਸਾਰਾ ਪ੍ਰੋਸੀਜਰ ਇੱਥੇ ਮੈਂਸ਼ਨ ਕੀਤਾ ਹੈ ਤੁਸੀਂ ਆਪਣਾ ਸਾਰਾ ਪੜ ਲੈਣਾ ਹੈ ਕੁਆਲਿਫੀਕੇਸ਼ਨ ਸੀਏ ਆਈਸੀਡਬਲ ਆਈਸੀਐਫਏ ਤੁਸੀਂ ਕੀਤਾ ਹੈ ਤੁਸੀਂ ਇਹਨਾਂ ਵੈਕੈਂਸੀਜ਼ ਵਾਸਤੇ ਐਲੀਜੀਬਲ ਹੈ ਅਪਲਾਈ ਕਰ ਸਕਦੇ ਆ ਪੰਜਾਬ ਵੇਰਕਾ ਨੇ ਇਹ ਵੈਕੈਂਸੀਜ਼ ਆ ਜਿਹੜੀਆਂ ਉਹ ਰੀਸੈਂਟਲੀ ਕੱਢੀਆਂ ਹੈ ਤੁਸੀਂ ਐਲੀਜੀਬਲ ਹੈ ਤਾਂ ਪੰਜਾਬ ਵੇਰਕਾ ਅਫੀਸ਼ੀਅਲ ਸਾਈਟ ਤੇ ਜਾ ਕੇ ਇਹਨੂੰ ਡਾਊਨਲੋਡ ਕਰਕੇ ਪੜ ਲੈਣਾ ਐਲੀਜੀਬਲ ਹੈ ਤਾਂ ਤੁਸੀਂ ਅਪਲਾਈ ਵੀ ਜ਼ਰੂਰ ਕਰਨਾ ਹੈ ਹੁਣ ਆਪਾਂ ਨੈਕਸਟ ਵੀਡੀਓ ਵਿੱਚ ਮਿਲਾਂਗੇ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ